பொண்ணு பார்த்து பொண்ணு பண்ணு
ਕਈ ਵਾਰ ਕਈ ਸ਼ਹਿਰਾਂ ਦੇ ਸੰਬੰਧ ਵਿੱਚ ਆਰਟੀਕਲ ਆ ਜਾਂਦੇ ਨੇ ਰੈਜੀਡੈਂਸ ਦੇ ਹਿਸਾਬ ਨਾਲ ਕਿਹੜਾ ਸ਼ਹਿਰ ਸਭ ਤੋਂ ਅੱਛਾ ਜਿੱਥੋਂ ਦਾ ਵਾਤਾਵਰਨ ਜਿੱਥੋਂ ਦਾ ਮੌਸਮ ਵਾਯੂਮੰਡਲ ਸਫਾਈ ਬੈਠੀ ਚੰਗੀ ਹੈ ਕ੍ਰਾਈਮ ਕੋਈ ਨਹੀਂ ਪਤਾ ਲੱਗ ਜਾਏ ਨਾ ਦੇਣੇ ਤੁਸੀਂ ਆਮ ਜੀਵਨ ਵਿੱਚ ਦੇਖ ਲਿਓ ਦੂਜੇ ਦਿਨ ਉੱਥੋਂ ਦੀਆਂ ਕੀਮਤਾਂ ਸਿਰਦੇ ਹੋ ਜਾਂਦੀਆਂ ਦੁਨੀਆਂ ਦੌੜ ਪੈਂਦੀ ਉਸ ਪਾਸੇ ਕਿਉਂ ਦੁਨੀਆਂ ਤਾਂ ਹਰ ਮਨੁੱਖ ਸੁੱਖ ਚੱਲਦਾ ਕਿੱਡੀ ਕਿੱਡੀ ਗੱਲ ਹੈ ਮਨੁੱਖ ਇਸ ਸੰਸਾਰ ਤੇ ਇਹੋ ਜਿਹੇ ਸ਼ਹਿਰ ਦੀ ਢੂੰਡ ਕਰ ਰਿਹਾ ਜਿੱਥੇ ਭਲਾ ਸੁੱਖ ਮਿਲ ਜਾਏ ਦੁੱਖ ਤੋਂ ਬਚ ਜਾ ਹਾਲਾਂਕਿ ਮੌਤ ਦੁਨੀਆਂ ਦੇ ਹਰ ਕਿਨਾਰੇ ਤੇ ਹਰ ਗੋਸ਼ੇ ਵਿੱਚ ਪੁੱਜ ਜਾਂਦੀ ਹੈ ਦੁਨੀਆਂ ਦਾ ਕੋਈ ਸ਼ਹਿਰ ਐਸਾ ਨਹੀਂ ਜਿੱਥੇ ਕੋਈ ਰੋਗੀ ਨਾ ਹੋਵੇ ਜਿੱਥੇ ਕਿਸੇ ਦੀ ਜ਼ਬਾਨੋਂ ਕਦੀ ਹਾਏ ਦੀ ਆਵਾਜ਼ ਨਾ ਨਿਕਲੀ ਹਸਪੀਟਲ ਜਿਨ੍ਹਾਂ ਵਿੱਚ ਰੋਗੀ ਸੁੱਖ ਦੀ ਨੀਂਦ ਸੌਂਦੇ ਨਹੀਂ ਪਰ ਦੁਨੀਆਂ ਸੁੱਖ ਚਾਹੁੰਦੀ ਹੈ ਇਸ ਸੰਸਾਰ ਵਿੱਚ ਕੋਈ ਐਸਾ ਸ਼ਹਿਰ ਐਸਾ ਟਿਕਾਣਾ ਮਿਲ ਜਾਏ ਤਾਂ ਫਿਰ ਪੁੱਛਣਾ ਪਏਗਾ ਬਾਬਾ ਰਵਿਦਾਸ ਕੋਲੋਂ ਤੂੰ ਕਿਸ ਸ਼ਹਿਰ ਦੀ ਗੱਲ ਕਰ ਰਿਹਾ ਜਿਹਨੂੰ ਤੂੰ ਬੇਗਮਪੁਰਾ ਆਖਣਾ ਹੈ ਜਿੱਥੇ ਗਮ ਹੀ ਕੋਈ ਨਹੀਂ ਜਿੱਥੇ ਦੁੱਖ ਹੀ ਕੋਈ ਨਹੀਂ ਜਿੱਥੇ ਕੋਈ ਵਿਛੜਦਾ ਹੀ ਨਹੀਂ ਜਿੱਥੇ ਮੌਤ ਹੀ ਨਹੀਂ ਹੁੰਦੀ ਜਿੱਥੇ ਕਦੀ ਰੋਂਦਾ ਹੀ ਕਿਸੇ ਨੂੰ ਨਹੀਂ ਵੇਖਿਆ ਕਿਸ ਸ਼ਹਿਰ ਦੀ ਗੱਲ ਕਰਨਾ ਮੈਂ ਇਹੋ ਹੀ ਸੁਣਿਆ ਆਤਿਸ਼ ਦੁਨੀਆਂ ਸੰਸਾਰਾ ਕਿ ਜੀਵਨ ਜਦੋਂ ਇਹ ਸੰਸਾਰ ਵਿੱਚ ਆਉਂਦਾ ਦੁਨੀਆਂ ਵਿੱਚ ਆਉਂਦਾ ਮਨ ਨੂੰ ਅੱਗ ਵਿੱਚ ਕਦਮ ਰੱਖਦਾ ਮਾਤ ਗਰਭ ਵਿੱਚ ਵੀ ਅੱਗ ਉਧਰ ਵਿੱਚ ਵੀ ਅੱਗ ਉੱਥੋਂ ਬਾਹਰ ਨਿਕਲਿਆ ਸੰਸਾਰ ਵਿੱਚ ਕਦਮ ਧਰਿਆ ਉੱਥੇ ਤ੍ਰਿਸ਼ਨਾ ਦੀ ਅੱਗ ਮਾਇਆ ਦੀ ਅੱਗ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਸਾਰੀ ਜ਼ਿੰਦਗੀ ਸਾਰਾ ਜੀਵਨ ਉਧਰ ਦੀ ਅੱਗ ਵਿੱਚੋਂ ਨਿਕਲਣ ਤੋਂ ਬਾਅਦ ਮਾਇਆ ਦੀ ਆਤਿਸ਼ ਦੁਨੀਆਂ ਵਿੱਚ ਸਾਰਾ ਜੀਵਨ ਗੁਜ਼ਰ ਗਿਆ ਇਸ ਅੱਗ ਨੂੰ ਬੁਝਾਉਣਾ ਚਾਹਿਆ ਇਹਨੇ ਪਦਾਰਥਾਂ ਨਾਲ ਜਿਹਨੇ ਗੁਰੂ ਨੇ ਬਾਰੇ ਵੀ ਚੱਕ ਦਿੱਤਾ ਕਹਿਣ ਲੱਗੇ ਜੇ ਕੋਈ ਬਲਦੀ ਹੋਈ ਅੱਗ ਨੂੰ ਬਾਲਣ ਪਾ ਪਾ ਕੇ ਬੁਝਾਉਣਾ ਚਾਹੇ ਰੱਜ ਕੇ ਅੱਗ ਆਖ ਦੇਵੇਗੀ ਮੈਂ ਹੁਣ ਨਹੀਂ ਬਾਲ ਸਕਦੀ ਰੱਜ ਜਾਏਗੀ ਬਾਲਣ ਆਖੇ ਕਿ ਮੈਂ ਨਹੀਂ ਬਣ ਸਕਦੀ ਐਸਾ ਹੋ ਸਕਦਾ ਜਿਉਂ ਜੋ ਬਲ ਪਾਏਗਾ ਬਦੇ ਜੇ ਤੂੰ ਪਦਾਰਥਾਂ ਨਾਲ ਮਾਇਕੀ ਸੋਚ ਨੂੰ ਰਜਾਣਾ ਚਾਹੇ ਆਖੇ ਇਸ ਅੱਗ ਤੋਂ ਇਹ ਰੱਜ ਜਾਏਗਾ ਇਹ ਕਹਿੰਦੇ ਨੇ ਨਹੀਂ ਰੱਜੇਗਾ ਉੱਠ ਬਣੇਗੀ ਸਾਰੀ ਜ਼ਿੰਦਗੀ ਇਸ ਅੱਗ ਵਿੱਚ ਲੰਘ ਗਈ ਜਿੰਨੀ ਦੇਰ ਚਿਖਾ ਦੀ ਅੱਗ ਵਿੱਚ ਨਹੀਂ ਰੱਖਿਆ ਗਿਆ ਇਸੇ ਅੱਗ ਵਿੱਚ ਭਟਕਦਾ ਰਿਹਾ ਅੱਗ ਤੋਂ ਚੱਲਿਆ ਸੀ ਅੱਗ ਵਿੱਚ ਹੀ ਪਹੁੰਚ ਗਿਆ ਅੱਗ ਵਿੱਚ ਹੀ ਸਫ਼ਰ ਕਰਦਾ ਰਿਹਾ ਮਨੁੱਖ ਨੂੰ ਕਿੱਡੀ ਅਜੀਬ ਗੱਲ ਹੈ ਅੱਗ ਦੀ ਸਮਝ ਨਹੀਂ ਆਈ ਬਕਰੀ ਜੀ ਦੀ ਇੱਕ ਲਾਈਨ ਨੇ ਇਸ ਰਾਜ ਨੂੰ ਖੁੱਲਿਆ ਕਹਿਣ ਲੱਗੇ ਮੁਕਤੇ ਗੁਰ ਅਨਲ ਬੁਝਾਇਆ ਅਨਲ ਕਹਿੰਦੇ ਨੇ ਅੱਗ ਨੂੰ ਮਾਇਆ ਨੇ ਫਾਈ ਪਾਈ ਸੀ ਤੇ ਬੰਨ ਕੇ ਰੱਖਿਆ ਹੋਇਆ ਸੀ ਇਸ ਅੱਗ ਵਿੱਚ
ਨਿਕਲਣ ਦੀ ਕੋਸ਼ਿਸ਼ ਕਰਦਾ ਸੀ, ਨਿਕਲ ਨਹੀਂ ਸੀ ਸਕਦਾ। ਪਰ ਮੁਕਤੇ ਗੁਰ ਅਨਲ ਬੁਝਾਇਆ, ਉਹਨੇ ਅੱਗ ਸਮਝਾਈ ਲੱਗੇ। ਆ ਮੈਂ ਤੈਨੂੰ ਇਸ਼ਨਾਨ ਦਾ ਟਿਕਾਣਾ ਦੱਸਾਂ, ਜਦੋਂ ਅੱਗ ਹੋਵੇ ਪਾਣੀ ਦੀ ਲੋੜ ਹੁੰਦੀ ਹੈ, ਘਰ ਨੂੰ ਅੱਗ ਲੱਗੀ ਹੋਵੇ ਘਰ ਤੇ ਪਾਣੀ ਪਾਈ। ਜੀਵਨ ਲੋੜ ਲੱਗੀ ਹੋਈ, ਜੀਵਨ ਉੱਤੇ ਇਸ਼ਨਾਨ ਦੀ ਲੋੜ। ਕਹਿਣ ਲੱਗੇ ਜਦੋਂ ਮਨ ਜਲ ਰਿਹਾ ਹੋਵੇ, ਜਦੋਂ ਜੀਵ ਜਲ ਰਿਹਾ ਹੋਵੇ, ਜੀਵ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਤਾਂ ਉਸ ਵੇਲੇ ਦਾ ਪਾਣੀ ਕੋਈ ਬਾਹਰਲਾ ਨਹੀਂ, ਜਿਹੜਾ ਕਿਸੇ ਤਾਲਾਬ ਦਾ ਪਾਣੀ, ਕਿਸੇ ਸਾਗਰ ਦਾ, ਸਮੁੰਦਰ ਦਾ, ਕਿਸੇ ਨਦੀ ਦਾ ਪਾਣੀ ਤੇਰੇ ਉਸ ਜੀਵ ਦੀ ਤਪਤ ਬੁਝਾ ਸਕੇ। ਜੀਵ ਕਿਉਂਕਿ ਅੰਦਰ ਹੈ, ਇਸ ਲਈ ਮੱਜਣ ਵੀ ਅੰਦਰ ਹੀ ਹੋਣਾ ਹੈ। ਮੱਜਣ ਕਹਿੰਦੇ ਨੇ ਇਸ਼ਨਾਨ, ਮੱਜਣ ਵੀ ਅੰਦਰ। ਇਸ ਲਈ ਪਹਿਲਾਂ ਮਨ ਨੂੰ ਪਛਾਣ, ਕਿਵੇਂ ਜਲ ਰਿਹਾ, ਕਿੱਥੋਂ ਜਲ ਰਿਹਾ, ਤੇ ਫਿਰ ਉਹਦੇ ਲਈ ਅੰਦਰ ਹੀ ਮੱਜਣ ਪੈਦਾ ਕਰ। ਸਿੱਖ ਇਹ ਮਨ ਚ ਇੰਨਾ ਸਮਝ ਲਿਆ, ਪਛਾਣ ਲਿਆ, ਪਰ ਅੰਤਰ ਮੱਜਣ ਕਿੰਨਾ, ਕਿਸ ਟਿਕਾਣਾ, ਐਸਾ ਟਿਕਾਣਾ ਕੀ ਹੈ ਜਿੱਥੇ ਜਾ ਕੇ ਮੱਜਣ ਹੋ ਜਾਏ, ਅੱਗ ਬੁੱਝ ਜਾਏ, ਸੁਖੀ ਸੁੱਖ ਆ ਜਾਏ। ਕਹਿਣ ਲੱਗੇ ਉਹ ਇੱਕ ਅਵਸਥਾ ਪੈਦਾ ਹੁੰਦੀ ਹੈ, ਕੋਈ ਟਿਕਾਣਾ ਨਹੀਂ, ਅਵਸਥਾ ਹੀ ਮੇਰੇ ਰੱਬ ਦਾ ਟਿਕਾਣਾ ਹੈ, ਅਵਸਥਾ ਹੀ ਜੀਵ ਦਾ ਟਿਕਾਣਾ ਹੈ। ਮਨੁੱਖ ਕਹਿੰਦਾ ਮੈਂ ਫਲਾਣੀ ਅਵਸਥਾ ਵਿੱਚ, ਅਵਸਥਾ ਵੀ ਇੱਕ ਘਰ ਹੈ ਜਿਹਦੇ ਵਿੱਚ ਮਨੁੱਖ ਰਹਿੰਦਾ। ਅਵਸਥਾ ਬਦਲਦੀ ਹੈ, ਮਨੁੱਖ ਘਰ ਬਦਲ ਲੈਂਦਾ। ਜੀਵਨ ਵਿੱਚ ਅਵਸਥਾ ਬਦਲਦੀਆਂ, ਜਿਵੇਂ ਘਰ ਬਦਲਦੇ ਨੇ ਨਾ, ਜਿਵੇਂ ਟਿਕਾਣੇ ਸ਼ਹਿਰ ਬਦਲਦੇ ਨੇ, ਇਸੇ ਤਰ੍ਹਾਂ ਅਵਸਥਾ ਵੀ ਬਦਲਦੀਆਂ ਨੇ। ਤੇ ਜਦੋਂ ਅਵਸਥਾ ਬਦਲਦੀ ਹੈ ਨਾ, ਮਨ ਨੂੰ ਸਮਝ ਲਓ ਘਰ ਬਦਲ ਤੇ ਉਹਨਾਂ ਸਾਰੀਆਂ ਅਵਸਥਾ ਵਿੱਚੋਂ ਹੈ ਇੱਕ ਉਨਮਨ ਅਵਸਥਾ, ਵਿਗਾਸ ਦੀ ਅਵਸਥਾ, ਸਹਿਜ ਦੀ ਅਵਸਥਾ, ਖੁਸ਼ੀਆਂ ਖੇੜਿਆਂ ਦੀ ਅਵਸਥਾ, ਜਿਹੜੀ ਤੱਤੀ ਲੋਹ ਤੇ ਵੀ ਤਪਣ ਨਹੀਂ ਦਿੰਦੀ, ਜਿਹੜੀ ਗਰਮ ਰੇਤਿਆਂ ਵਿੱਚ ਵੀ ਤਪਣ ਨਹੀਂ ਦਿੰਦੀ, ਉਹ ਇੱਕ ਅਵਸਥਾ ਹੀ ਸੀ। ਸੁੱਖ ਤਪਤ ਮਾਹੇ, ਠੰਡ ਵਰਤਾਈ, ਅੰਧ ਭਾਇਆ, ਦੁੱਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਤੇ ਪੂਰਨ ਉਪਦੇਸੇ, ਭਾਉ ਚੁੱਕਾ ਨਿਰਭਉ ਹੋਏ ਬਸੇ। ਇਹ ਉਨਮਨ ਤੇਰੇ ਲਈ ਉਨਮਨ ਰਹਿਣ ਦਾ ਘਰ ਬਣਾਇਆ ਸੀ, ਤੇ ਤੂੰ ਬੇਕਾਰ ਹੋਇਆ ਫਿਰ ਪਰਦੇਸੀ ਹੋਇਆ। ਮੇਰੇ ਮਨ ਪਰਦੇਸੀ ਵੀ ਪਿਆਰੇ ਜੀਵ ਜਿਹੜਾ ਪਵਨ ਪਤ ਹੈ, ਮਨ ਦਾ ਮਾਲਕ ਹੈ, ਉਨਮਨ ਰਹਿਣ ਖਰਾ ਉਹਦਾ, ਉਨਮਨ ਵਿੱਚ ਇਸ ਵਿਗਾਸ ਦੀ ਦੁਨੀਆ ਵਿੱਚ, ਵਿਗਾਸ ਦੀ ਅਵਸਥਾ ਵਿੱਚ ਰਹਿਣਾ ਸਭ ਤੋਂ ਚੰਗਾ ਹੈ। ਨਹੀਂ ਤਾਂ ਤੜਪਦਾ ਹੀ ਰਹੇਗਾ ਸਾਰੀ ਜ਼ਿੰਦਗੀ, ਜੀਓ ਤਪਦਾ ਹੈ ਬਾਰੋ ਬਾਰ ਹੀ ਹੁੰਦਾ ਰਹੇਗਾ। ਹਰ ਦਿਨ ਜੀਓ, ਜਲ ਬਣ ਜਾਓ ਆਪਣੇ, ਏਅਰ ਕੰਡੀਸ਼ਨ ਵਿੱਚ ਬੈਠਾ ਵੀ ਤਪ, ਸ਼ਿਮਲੇ ਦੀ ਪਹਾੜੀਆਂ ਵਿੱਚ ਬੈਠਾ ਵੀ ਤਪ, ਕਿਉਂਕਿ ਉਹ ਅੰਦਰ ਅਵਸਥਾ ਨੂੰ ਪੈਦਾ ਕਰ ਸਕਿਆ। ਕੋਈ ਤੱਤੀਆਂ ਲੋਹਾਂ ਤੇ ਬੈਠਾ ਵੀ ਠੰਡਾ, ਕੋਈ ਸ਼ਿਮਲੇ ਦੀ ਪਹਾੜੀਆਂ ਵਿੱਚ ਬੈਠਾ ਵੀ ਤਪਰੇ ਅਵਸਥਾ। ਕਹਿਣ ਲੱਗੀ ਪਵਨ ਪਤ
ਔਰ ਮਨ ਰਹਿਣ ਖਰਾ ਨਹੀਂ ਮਿਰਤ ਨਾ ਜਨਮ ਜਰਾ। ਕਿਉਂਕਿ ਇਸ ਅਵਸਥਾ ਵਿੱਚ ਮੌਤ ਵੀ ਮਨੁੱਖ ਨੂੰ ਮੌਤ ਨਹੀਂ ਦਿਸਦੀ, ਮਨੁੱਖ ਮੌਤ ਤੋਂ ਡਰਦਾ ਹੀ ਨਹੀਂ। ਜਨਮ ਮਰਨ ਦੇ ਵਾਸਤੇ ਕੁਛ ਵੈਲਿਊ ਕੁਛ ਮਾਇਨੇ ਨਹੀਂ ਰੱਖਦਾ। ਬੁੱਢੇ ਪਾ ਵੀ ਇੱਥੇ ਨਹੀਂ ਆਉਂਦਾ, ਗੁਰੂ ਨੇ ਆਖ ਦਿੱਤਾ ਗੁਰਮੁਖ ਬੁੱਢੇ ਕਦੇ ਨਾ ਜਿਹਨੇ ਅੰਤਰ ਸੁੱਟ ਗਿਆ। ਕਹਿਣ ਲੱਗੇ ਇਸ ਪਵਿੱਤਰ ਤੇ ਮਹਾਨ ਅਵਸਥਾ ਦਾ ਨਾਂ ਹੈ ਜਦੋਂ ਮਨੁੱਖ ਇਸ ਅਵਸਥਾ ਵਿੱਚ ਜਾਂਦਾ ਹੈ ਨਾ ਉਦੋਂ ਉਹ ਅੱਗ ਜਿਹੜੀ ਇਸਨੂੰ ਤੜਪਾ ਰਹੀ ਉਹ ਭਰਮ ਜਿਹੜੇ ਜਾਲ ਜਿਹੜੇ ਇਸਨੂੰ ਫਸਾ ਰਹੇ ਉਹ ਸਭ ਕੁਝ ਬਦਲ ਜਾਂਦਾ। ਗੁਰੂ ਕਹਿੰਦੇ ਨੇ, ਬਾਬਾ ਕਬੀਰ ਜੀ ਕਹਿੰਦੇ ਨੇ, ਉਲਟੀ ਲੈ ਸਖਤ ਸਹਾਰਨ, ਉਲਟ ਗਈ ਮਤ, ਉਲਟ ਗਈ ਅਵਸਥਾ ਜਿਹੜੀ ਅਵਸਥਾ ਕਦੀ ਮਾਇਆ ਦੀ ਮੁਹਤਾਜ ਸੀ ਉਹਦੇ ਸਹਾਰੇ ਆਪਣਾ ਜੀਵਨ ਗੁਜ਼ਾਰ ਰਹੀ ਸੀ ਉਹ ਹੁਣ ਉੱਚੀ ਅਵਸਥਾ ਦੀ ਉਡਾਰੀ ਵਿੱਚ ਆ ਗਈ। ਉਲਟੀ ਲੈ ਸਖਤ ਸਹਾਰਨ, ਐਸੀ ਲੈ ਗਗਨ ਮਜਾਰਨ, ਜਿੰਦੇ ਜਵਾਲ ਦੁਆਲੇ ਭਰਮਾਂ ਵਾਂਗੂ ਮਨੋ ਸੱਪ ਵਾਂਗੂ ਕੁੰਡਲੀਆਂ ਮਾਰ ਕੇ ਬੈਠਾ ਹੋਇਆ ਭਰਮ ਜਿਹਦੇ ਵਿੱਚੋਂ ਸਾਰੀ ਜ਼ਿੰਦਗੀ ਨਿਕਲ ਹੀ ਨਹੀਂ ਸਕਿਆ, ਭਰਮ ਖਤਮ ਹੋ ਗਿਆ। ਬੇਦੀਏ ਨੇ ਕਹਿਣ ਲੱਗੇ, ਬੇਦੀਏ ਨੇ ਚੱਕਰ ਭਜਾਉਂਦਾ ਵੈਸੇ ਯੋਗ ਮਤ ਦੀਆਂ ਕਿਰਿਆ ਉਹਨਾਂ ਰਾਹੀਂ ਯੋਗੀ ਅੱਗੇ ਤੁਰਦਾ, ਪਰ ਗੁਰੂ ਨੇ ਗੁਰਮੁਖ ਵਿੱਚ ਉਹਨਾਂ ਅਵਸਥਾਵਾਂ ਨੂੰ ਉਹਨਾਂ ਟਿਕਾਣਿਆਂ ਨੂੰ ਉਹਨਾਂ ਨਾਵਾਂ ਨੂੰ ਕੇਵਲ ਉਦਾਹਰਨ ਵਜੋਂ ਦਿੱਤੇ ਹੈ। ਮਨੁੱਖ ਦੇ ਸਾਹਮਣੇ ਯੋਗੀ ਦੀ ਗੱਲ ਤਾਂ ਕਿਸੇ ਕਿਸੇ ਦੀ ਨਾ, ਸਾਨੂੰ ਤਾਂ ਸੰਬੰਧ ਸਾਡੇ ਤੁਹਾਡੇ ਨਾਲ ਹੈ। ਕਹਿਣ ਲੱਗੇ ਭਰਮ ਵੀ ਮਾਨੋ ਇੱਕ ਸੱਪ ਨੇ, ਗੁੰਝਲ ਦਾ ਛੱਪ ਸੱਪ ਨੇ, ਕੁੰਡਲੀ ਮਾਰ ਕੇ ਬੈਠੇ ਭਰਮ ਸੱਪ ਨੇ। ਪ੍ਰਭੂ ਦਾ ਮਿਲਾਪ ਉਹਦੇ ਹੁੰਦਾ ਜਦੋਂ ਭਰਮਾਂ ਤੋਂ ਬਾਹਰ ਨਿਕਲਦਾ। ਭਰਮ ਇੱਕ ਦੀਵਾਰ ਨੇ ਜਿਹੜੇ ਪ੍ਰਭੂ ਨੂੰ ਤੇ ਮੈਨੂੰ ਮਿਲਣ ਨਹੀਂ ਦਿੰਦੇ। ਰਾਏ ਮਾਲਕ ਮਿਲ ਪਿਆ ਉਹਦੇ ਤੇ ਮੇਰੇ ਦਰਮਿਆਨ ਕੋਈ ਦੀਵਾਰ ਨਹੀਂ ਰਹੀ, ਭਰਮ ਵਿੱਚ ਗਏ, ਭਰਮ ਖਤਮ ਹੋ ਗਏ। ਭਰਮ ਇੱਕ ਪਰਦਾ ਸਨ, ਭਰਮ ਇੱਕ ਦੀਵਾਰ ਸਨ। ਕਹਿਣ ਲੱਗੇ ਮੋਹ ਰੂਪੀ ਜਿਹੜੀ ਰੁਕਾਵਟ ਸੀ, ਆਸਾ ਸੀ, ਹਰ ਆਸਾ ਮਨੁੱਖ ਮੋਹ ਵਿੱਚ ਨਹੀਂ ਬੈਠਾ, ਚੁੱਕੀ ਜਾਂਦੇ ਮੋਹ ਮੈਂ ਆਸਾ। ਜਦੋਂ ਇਹ ਚੁੱਕ ਕੇ ਸੱਸ ਕੀਨੂੰ ਸੂਰ ਗਿਰਾਸਾ, ਇਹ ਪੰਜਾਬੀ ਕਈ ਵਾਰ ਐਗਜ਼ਾਮਪਲ ਆ ਚੁੱਕੀ। ਚੰਦਰਮਾ ਵਿੱਚ ਆਪਣੇ ਵਿੱਚ ਕੋਈ ਰੋਸ਼ਨੀ ਨਹੀਂ, ਜਦੋਂ ਉਹ ਸੂਰਜ ਦੇ ਸਨਮੁਖ ਹੁੰਦਾ ਨਾ, ਅੱਜ ਦੀ ਸਾਇੰਸ ਵੀ ਬਣ ਗਈ, ਜਦੋਂ ਉਹ ਸੂਰਜ ਦੇ ਸਨਮੁਖ ਹੁੰਦਾ ਹੈ ਨਾ ਤਾਂ ਸੂਰਜ ਦੀ ਰੋਸ਼ਨੀ ਨਾਲ ਚਮਕ ਪੈਂਦਾ ਹੈ, ਉਹਦੇ ਅੰਦਰ ਰੋਸ਼ਨੀ ਆ ਜਾਂਦੀ। ਉਹ ਫਿਰ ਮੇਰਾ ਆਪ ਨਹੀਂ, ਰਾਤ ਵੀ ਚੰਨ ਨਹੀਂ ਕਰ ਦਿੰਦਾ ਹੈ, ਪਰ ਕਦੋਂ ਜਦੋਂ ਦਰਮਿਆਨ ਵਿੱਚ ਖਲੋਤੀ ਹੋਈ ਧਰਤੀ ਇੱਕ ਪਾਸੇ ਹੁੰਦੀ ਹੈ, ਸਾਇੰਸ ਮੰਨਦੇ ਜਦੋਂ ਧਰਤੀ ਦਰਮਿਆਨ ਵਿੱਚੋਂ ਹਟਦੀ ਹੈ ਸੂਰਜ ਦੇ ਸਾਹਮਣੇ ਸਨਮੁਖ ਹੁੰਦਾ ਤਾਂ ਮਨ ਸੂਰਜ ਦੀ ਰੋਸ਼ਨੀ ਸੂਰਜ ਨੂੰ ਆਪਣੇ ਵਿੱਚ ਗਰਾਸ ਲੈਂਦਾ ਹੈ, ਆਪਣੇ ਅੰਦਰ ਟਿਕਾਣਾ ਬਣਾ ਦਿੰਦਾ। ਕਹਿਣ ਲੱਗੇ ਸੱਸ ਕਿੰਨੋ ਸੂਰ ਗਰਾਸਾ, ਜਦ ਕੁੰਭਕ ਭਰਪੁਰ ਲੀਨਾ, ਕੁੰਭਕ ਦੀ ਯੋਗੀਆਂ ਦੀ ਇੱਕ ਸਵਾਸਾਂ ਦੀ ਕਿਰਿਆ,
ਜਿਸ ਤਰ੍ਹਾਂ ਸਵਾਸਾਂ ਨੂੰ ਉਹ ਅੰਦਰ ਟਿਕਾ ਕੇ ਬੰਨਦੇ ਨੇ, ਪਰ ਗੁਰੂ ਕਹਿੰਦੇ ਨਹੀਂ, ਮੈਂ ਚਾਹੁੰਦਾ ਸਵਾਸਾਂ ਨੂੰ ਟਿਕਾਉਂਦਾ ਅਤੇ ਬਣਦਾ ਰਹਿੰਦਾ, ਆ ਰੱਬ ਨੂੰ ਪ੍ਰਭੂ ਨੂੰ ਅੰਦਰ ਆਪਣੇ ਸਵਾਸਾਂ ਵਿੱਚ ਟਿਕਾ ਲੈ। ਅਸਲ ਕੁੰਭਕ ਇਹ ਹੈ, ਵੇਖ ਫਿਰ ਖੁਸ਼ੀਆਂ ਦੇ ਗੀਤ ਅੰਦਰੋਂ ਪੈਦਾ ਹੋ ਜਾਣ। ਸਭ ਕੁਛ ਕਿਵੇਂ ਬਦਲੇਗਾ, ਮੈਂ ਤਾਂ ਤ੍ਰਿਸ਼ਨਾ ਦੀ ਅੱਗ ਵਿੱਚ, ਮਾਇਆ ਦੀ ਅਗਨੀ ਵਿੱਚ, ਸੰਸਾਰ ਆਤਿਸ਼ ਦੁਨੀਆਂ ਵਿੱਚ ਸੁੱਖ ਚੈਨ ਢੂੰਡ ਰਿਹਾ ਕਿ ਤੂੰ ਮਿਲਦੇ। ਕੋਈ ਐਸਾ ਸ਼ਹਿਰ ਨਹੀਂ ਦਿਸਦਾ, ਕੋਈ ਐਸਾ ਟਿਕਾਣਾ ਨਹੀਂ ਦਿਸਦਾ ਜਿੱਥੇ ਮਿਲੇ। ਪਰ ਜੋ ਕੁਝ ਤੁਸੀਂ ਆਖਦੇ ਹੋ ਬਾਬਾ ਕਬੀਰ ਜੀ, ਦੱਸੋ ਕਿਵੇਂ ਮਿਲੇ। ਇੱਕ ਲਾਈਨ ਵਿੱਚ ਫੈਸਲਾ ਦੇ ਦਿੱਤਾ, ਕਹਿਣ ਲੱਗੇ ਜਿਸ ਦਿਨ ਗੁਰੂ ਬੋਲੇ ਤੂੰ ਸੁਣੇ ਤੇ ਸੁਣ ਕੇ ਅੰਦਰ ਟਿਕਾ ਲੈ। ਜਿੰਨੀ ਦੇਰ ਤੂੰ ਸ਼ਬਦ ਨੂੰ ਆਪਣੇ ਅੰਦਰ ਥਾਂ ਨਹੀਂ ਦਿੰਦਾ, ਜਿੰਨੀ ਦੇਰ ਗੁਰੂ ਦੇ ਬਚਨਾਂ ਨੂੰ ਆਪਣੇ ਅੰਦਰ ਟਿਕਾਣਾ ਨਹੀਂ ਦਿੰਦਾ, ਉਹਨਾਂ ਦੇ ਅੰਦਰ ਤੋਂ ਉਲਮਣ ਦੀ ਖੁਸ਼ੀਆਂ ਭਰੀ, ਵਿਗਾਸ ਭਰੀ ਅਵਸਥਾ ਨਹੀਂ ਪੈਦਾ। ਤੈਨੂੰ ਵਿਸ਼ਵਾਸ ਹੋਵੇ, ਕਰਤਾ ਕਰਤਾ ਆਖ ਕੇ, ਪ੍ਰਭੂ ਪ੍ਰਭੂ ਆਖ ਕੇ ਹੀ ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਇਹ ਕਬੀਰ ਦਾ ਕਿਹਾ ਹੋਇਆ ਸਾਰ ਸਮਝ ਲੈ, ਸ੍ਰੇਸ਼ਟ ਸਮਝ ਲੈ, ਫੈਸਲਾ ਸਮਝ ਲੈ। ਕਹਿੰਦੇ ਨਹੀਂ ਮਿਲ ਨਾ ਜਨਮ ਜਰਾ
ਅਰਦਾਸ ਨੇ ਮੈਸੇਜ ਦਿੱਤਾ ਸੀ ਕਿ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਦੋਰ ਨਹੀਂ ਤੇ ਸਾਹੋ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਰ ਦੁਨੀਆਂ ਉਸ ਸ਼ਹਿਰ ਨੂੰ ਢੂੰਡ ਰਹੀ ਸੀ ਦੁਨੀਆਂ ਦਾ ਹਰ ਮਨੁੱਖ ਜੀਵ ਕਰਕੇ ਇਸ ਦ੍ਰਿਸ ਆਸਾ ਤ੍ਰਿਸ਼ਨਾ ਦੀ ਅੱਗ ਵਿੱਚ ਆਤਿਸ਼ ਦੁਨੀਆਂ ਵਿੱਚ ਜਲ ਰਿਹਾ ਸੀ ਅਤੇ ਢੂੰਡ ਰਿਹਾ ਸੀ ਕੋਈ ਕਿਨਾਰਾ ਕੋਈ ਸ਼ਹਿਰ ਟਿਕਾਣਾ ਨਹੀਂ ਸਮਝ ਬਾਬਾ ਰਵਿਦਾਸ ਨੇ ਸ਼ਹਿਰ ਦਾ ਟਿਕਾਣੇ ਦਾ ਨਾਮ ਲਿਆ ਅਤੇ ਬਾਬਾ ਕਬੀਰ ਨੇ ਐਡਰੈਸ ਦੱਸ ਦਿੱਤਾ ਸਮਝਾ ਦਿੱਤਾ ਕਿ ਇਸ ਰਾਹ ਚੱਲ ਚੱਲ ਕੇ ਤੂੰ ਇੱਥੇ ਪਹੁੰਚ ਜਾਏਗਾ ਰਵਿਦਾਸ ਨੇ ਦੱਸ ਪਾਈ ਸੀ ਕਿ ਇਹੋ ਜਿਹਾ ਸ਼ਹਿਰ ਹੈ ਨਿਰਾਸ਼ ਨਾ ਹੋ ਇਹੋ ਜਿਹਾ ਟਿਕਾਣਾ ਅਵਸਥਾ ਦਾ ਹੈ ਬਣਾ ਸਕਣਾ ਤੂੰ ਘਰ ਵਿੱਚ ਪੈਦਾ ਕਰ ਸਕਣਾ ਬਾਬਾ ਰਵਿਦਾਸ ਨੇ ਦੱਸ ਪਾਈ ਬਾਬਾ ਕਬੀਰ ਨੇ ਆਪ ਮੈਂ ਤੈਨੂੰ ਐਡਰੈਸ ਦੱਸਣਾ ਤੂੰ ਕਿਵੇਂ ਪਹੁੰਚ ਸਕਣਾ ਬਾਬਾ ਕਬੀਰ ਜੀ ਦੇ ਸ਼ਬਦਾਂ ਨੇ ਮੇਰੇ ਵੀਰ ਦਸ਼ਮਨ ਚੇਲਾ ਰਾਮ ਜੀ ਆਇਆ ਇਸ ਪਰਿਵਾਰ ਨੇ ਸਾਰੀ ਜ਼ਿੰਦਗੀ ਸਿੱਖ ਸੰਗਤਾਂ ਵਿੱਚ ਬੈਠ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ ਹੈ ਸਾਰੇ ਪਰਿਵਾਰ ਨੇ ਬਜ਼ੁਰਗ ਨੇ ਐਸੀ ਚੇਟਕ ਲਾਈ ਸਾਰੇ ਪਰਿਵਾਰ ਵਿੱਚ ਹਰ ਜੀ ਹਰ ਬੱਚਾ ਇਸ ਰਾਹ ਤੋਂ ਪਿਆ ਬੜਾ ਸਾਥ ਵੀ ਬਣਿਆ ਬੜੀ ਦੇਰ ਇਕੱਠੇ ਕਈ ਵਾਰ ਰਹਿ ਹੁਣ ਵੀ ਜਦੋਂ ਆਏ ਇੱਥੇ ਪਿਛਲੀ ਵਾਰ ਵੀ ਕਹਿਣ ਲੱਗੇ ਮਿਲ ਕੇ ਜਾਣਾ ਘਰ ਆਇਆ ਇਸ ਵਾਰ ਫਿਰ ਫੋਨ ਆਇਆ ਮੈਂ ਕਿਹਾ ਹੁਣ ਅਕੈਡਮੀ ਆ ਜਾਓ ਬਾਬਾ ਕਬੀਰ ਜੀ ਦੀ ਬਾਣੀ ਦੀ ਲੜੀ ਚੱਲ ਰਹੀ ਹੈ ਅਗਲੇ ਤੋਂ ਅਗਲਾ ਸ਼ਬਦ ਹਰ ਫਰਾਈਡੇ ਸ਼ਾਮ ਕਰੀਦਾ ਹੈ ਸੋ ਅੱਜ ਇਸ ਵਾਸਤੇ ਉਹ ਸ਼ਬਦ ਕਰਨਾ ਜ਼ਰੂਰੀ ਸੀ ਸੋ ਮੈਂ ਚਾਹੁੰਦਾ ਭਾਵੇਂ 10 ਮਿੰਟ ਸਮਾਪਤੀ ਤੋਂ ਬਾਅਦ ਭਾਵੇਂ ਖਲੋ ਕੋਈ ਆਪਣਾ ਮੈਸੇਜ ਕੋਈ ਗੁਰਮਤ ਦਾ ਦੇਣਗੇ ਤਾਂ ਸਾਰੀ ਸੰਗਤ ਨੇ ਇਸੇ ਤਰ੍ਹਾਂ ਇਕਾਦਰ ਚਿਤ ਹੋ ਬੈਠੇ ਰਹਿਣ ਆਓ ਅਨੰਦ ਸਾਹਿਬ ਦਾ ਪਾਠ ਕਰੀਏ ਉਸ ਤੋਂ ਬਾਅਦ ਆਖਰੀ ਫਿਰ ਜ਼ਰੂਰ ਆਪਣਾ ਵਿਚਾਰ ਦੇਣਗੇ